ਦੋਸਤੋ ਹੁਣ ਤੁਸੀਂ ਜ਼ਮੀਨ ਦੀ ਜਾਂ ਕਿਸੇ ਪਲਾਟ ਦੀ ਰਜਿਸਟਰੀ ਕਰਵਾਉਣੀ ਹੈ ਤਾਂ ਔਨਲਾਈਨ ਕਰਵਾ ਸਕਦੇ ਹੋ। ਪਰ ਦੋਸਤੋ ਇੱਕ ਰਿਕੁਐਸਟ ਹੈ, ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ। ਦੋਸਤੋ ਇਸ ਵਿੱਚ ਹੁੰਦਾ ਕੀ ਹੈ ਕਿ 80% ਜਿਹੜਾ ਵਰਕ ਹੈ ਉਹ ਆਪਾਂ ਔਨਲਾਈਨ ਕਰ ਲੈਂਦੇ, ਮਤਲਬ ਕਿ 80% ਆਪਾਂ ਨੂੰ ਧੱਕੇ ਖਾਣ ਦੀ ਜ਼ਰੂਰਤ ਨਹੀਂ ਪੈਂਦੀ, ਲਾਈਨ ਵਿੱਚ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਪੈਂਦੀ। ਬਟ 20% ਕੰਮ ਕਰਵਾਉਣ ਲਈ ਆਪਾਂ ਨੂੰ ਰਜਿਸਟਰਾਰ ਔਫਿਸ ਜਾਣਾ ਹੀ ਪੈਂਦਾ ਅਤੇ ਇਹ ਇਹਨਾਂ ਦੀ ਆਫਿਸ਼ੀਅਲ ਵੈਬਸਾਈਟ ਹੈ ਜਿਹੜੀ ਮੋਸਟਲੀ ਟਾਈਮ ਬਿਜ਼ੀ ਰਹਿੰਦੀ ਹੈ, ਬਟ ਜਦੋਂ ਖੁੱਲ੍ਹ ਜਾਂਦੀ ਹੈ ਤਾਂ ਇਹ ਵਧੀਆ ਵਰਕ ਕਰਦੀ ਹੈ। ਇਹ ਜਿਹੜਾ ਤੁਹਾਡੇ ਸਾਹਮਣੇ ਹੈ ਇਹ ਇਹਨਾਂ ਦੀ ਆਫਿਸ਼ੀਅਲ ਸਾਈਟ ਦਾ ਮੇਨ ਪੇਜ ਹੈ ਅਤੇ ਜੇ ਤੁਸੀਂ ਇੱਥੋਂ ਲੈਂਗੁਏਜ ਚੇਂਜ ਕਰਨਾ ਚਾਹੋ ਤਾਂ ਇੱਥੋਂ ਇੰਗਲਿਸ਼ ਪੰਜਾਬੀ ਵਿੱਚ ਕਰ ਸਕਦੇ ਹੋ ਅਤੇ ਆਰਾਮ ਨਾਲ ਇਹ ਫੋਰਮ ਜਿਹੜਾ ਅਪਲਾਈ ਕਰ ਸਕਦੇ ਹੋ। ਦੋਸਤੋ ਮੇਰੇ ਕੋਲ ਇਸ ਟਾਈਮ ਕੋਈ ਕਲਾਇੰਟ ਨਹੀਂ ਹੈ ਜਿਹੜੀ ਜਿਸਦੀ ਮੈਂ ਰਜਿਸਟਰੀ ਫਿਲ ਕਰਕੇ ਦਿਖਾਵਾਂ, ਇਸ ਲਈ ਤੁਹਾਨੂੰ ਲਾਈਵ ਡੈਮੋ ਨਹੀਂ ਦਿਖਾ ਸਕਦਾ। ਜੇ ਤੁਸੀਂ ਔਨਲਾਈਨ ਰਜਿਸਟ੍ਰੇਸ਼ਨ ਕਰਨਾ ਚਾਹੁੰਦੇ ਹੋ ਆਪਣੀ ਜ਼ਮੀਨ ਦਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਮੈਂ ਤੁਹਾਡਾ ਫ੍ਰੀ ਵਿੱਚ ਇਹ ਅਪਲਾਈ ਕਰ ਦੇਵਾਂਗਾ ਅਤੇ ਮੈਂ ਇੱਕ ਵੀਡੀਓ ਵੀ ਸ਼ੂਟ ਕਰ ਲਵਾਂਗਾ। ਠੀਕ ਹੈ ਦੋਸਤੋ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।